वक्त ਅਸੀਂ ਜਲੰਧਰ ਡਿਸਟ੍ਰਿਕਟ ਡਿਫੈਂਸ ਸਰਵਿਸਿਜ਼ ਐਂਡ ਵੈਲਫੇਅਰ ਆਫਿਸ 'ਚ ਬੈਠੇ ਹਾਂ। ਕੁਛ ਬੱਚਿਆਂ ਨਾਲ ਗੱਲਬਾਤ ਕਰਾਂਗੇ। ਤੁਹਾਡਾ ਨਾਂ ਕੀ ਆ? ਉਮੇਸ਼ ਲਾਲ। ਹੈਂ? ਉਮੇਸ਼ ਲਾਲ। ਕੀ ਕਰਦੇ ਹੋ? ਪੜ੍ਹਾਈ ਲਿਖਾਈ ਕਿੰਨੀ ਕੀਤੀ ਹੋ? ਬੀ ਐੱਸ ਏ ਆਈ ਟੀ। ਅੱਛਾ, ਇੱਥੇ ਕਾਹਦੀ ਟ੍ਰੇਨਿੰਗ ਲੈ ਰਹੇ ਹੋ? ਸਰ ਸਟੱਡੀ ਕਰ ਰਹੇ ਹਾਂ, ਗ੍ਰੈਜੂਏਸ਼ਨ। ਗ੍ਰੈਜੂਏਸ਼ਨ ਦੀ ਕੀ ਜ਼ਿੰਦਗੀ 'ਚ ਬਣਨ ਦੀ ਤਮੰਨਾ? ਸਰ ਡਿਵੈਲਪਰ, ਕੰਪਿਊਟਰ ਡਿਵੈਲਪਰ। ਕੰਪਿਊਟਰ ਡਿਵੈਲਪਰ, ਵੈਰੀ ਗੁੱਡ। ਅਤੇ ਉਮਰ ਕਿੰਨੀ ਕੁ ਹੋ ਗਈ ਤੁਹਾਡੀ? ਸਰ 20 ਇਅਰਸ। ਹੈਂ? 20 ਸਾਲ ਸਰ। 20 ਸਾਲ। ਵੋਟ ਬਣਾ ਲਈ ਕਿ ਨਹੀਂ? ਸਰ ਅਪਲਾਈ ਕੀਤੀ ਹੋਈ ਹੈ। ਅਪਲਾਈ ਕੀਤੀ, ਵੋਟ ਪਾਏਗਾ? ਹਾਂਜੀ ਸਰ। ਹੈਂ? ਕਿੱਦਾਂ ਦੇ ਕੈਂਡੀਡੇਟ ਨੂੰ ਵੋਟ ਪਾਉਣੀ ਚਾਹੀਦੀ ਹੈ? ਸਰ ਸਭ ਤੋਂ ਪਹਿਲਾਂ ਤਾਂ ਦੇਖਣਾ ਕਿ ਉਹ ਕੋਈ ਸਾਨੂੰ ਕਿਸੇ ਤਰੀਕੇ ਦਾ ਕੋਈ ਲਾਲਚ ਵਗੈਰਾ ਕੁਛ ਇੱਦਾਂ ਦਾ ਨਹੀਂ ਦੇ ਰਹੇ। ਠੀਕ ਹੈ। ਦੂਸਰੀ ਗੱਲ ਸਰ ਇਹ ਵੀ ਦੇਖਣਾ ਕਿ ਉਹ ਕੋਈ ਇੱਦਾਂ ਦੀਆਂ ਆਪਣੇ ਬੇਵਜ੍ਹਾ ਹੀ ਜਾਂ ਫਿਰ ਕਹਿ ਸਕਦੇ ਹਾਂ ਸਰ ਕੋਈ ਇੱਦਾਂ ਦੇ ਵਾਅਦੇ ਤਾਂ ਨਹੀਂ ਕਰ ਰਹੇ ਜੋ ਅੱਗੇ ਇਨ ਫਿਊਚਰ ਦੇ ਜਿਹਦਾ ਕੋਈ ਹੈ ਹੀ ਨਹੀਂ ਹੈ, ਕੋਈ ਰਿਐਲਿਟੀ ਨਾਲ ਕੋਈ ਲੈਣਾ ਦੇਣਾ ਹੈ ਹੀ ਨਹੀਂ ਹੈ। ਠੀਕ ਠੀਕ। ਅਤੇ ਦੂਸਰੀ ਗੱਲ ਸਰ ਕੋਈ ਇੱਦਾਂ ਦਾ ਹੋਣਾ ਚਾਹੀਦਾ ਕੋਈ ਸਾਡੇ ਵਿੱਚੋਂ ਹੀ ਉੱਠ ਕੇ ਉੱਪਰ ਗਿਆ ਹੋਵੇ, ਨਾ ਕਿ ਕੋਈ ਇਸ ਤਰ੍ਹਾਂ ਦਾ ਕਿ ਜਿਹਨਾਂ ਨੂੰ ਆਪਣੇ ਲੋਕਾਂ ਬਾਰੇ ਕੁਛ ਪਤਾ ਹੀ ਨਾ ਹੋਵੇ, ਜਿਹੜਾ ਕਿ ਪਹਿਲਾਂ ਤੋਂ ਹੀ ਉਸ ਜਗ੍ਹਾ ਦੇ ਨਾਲ ਰਿਲੇਟਡ ਹੋਵੇ, ਜਿਹਨੂੰ ਉਸ ਜਗ੍ਹਾ ਦੇ ਬਾਰੇ ਪਤਾ ਹੋਵੇ ਕਿ ਇੱਥੇ ਕਿਹੜੀਆਂ ਕਿਹੜੀਆਂ। ਚਲੋ ਤਾੜੀਆਂ ਮਾਰੋ, ਸ਼ਾਬਾਸ਼, ਵੀ ਬਹੁਤ ਸੋਹਣਾ। ਆਦਮਪੁਰ ਦੀ ਸਰ ਬਣੀ ਹੋਈ ਹੈ, ਕੁਛ ਕੁਛ ਰੋਡ ਸਰ ਇੱਦਾਂ ਦੇ ਹੈਗੇ ਆ ਜਿਹੜੇ ਹਜੇ ਵੀ ਜਿਹਨਾਂ ਨੂੰ ਇੰਪਰੂਵਮੈਂਟ ਦੀ ਲੋੜ ਹੈ। ਇੱਕ ਰੋਡ ਬਣਾਏਗਾ, ਹੋਰ ਕੀ ਕਰੇਗਾ ਕੰਮ? ਸਰ ਪਾਣੀ ਦੀ ਦਿੱਕਤ ਕਾਫੀ ਆ ਥੋੜੇ ਜਿਹੇ ਪਿੰਡਾਂ ਦੇ ਵਿੱਚ। ਅੱਛਾ, ਪਾਣੀ ਦੀ ਦਿੱਕਤ। ਹਾਂਜੀ ਸਰ। ਹੋਰ? ਤੇ ਥੋੜੀ ਜਿਹੀ ਬਿਜਲੀ ਦੀ ਪ੍ਰੋਬਲਮ ਆਉਂਦੀ ਆ। ਬਿਜਲੀ ਦੀ? ਹਾਂਜੀ। ਅੱਛਾ, ਸਰ ਮੇਨ ਤਾਂ ਇਹੀ ਆ ਸਰ, ਥੋੜਾ ਜਿਹਾ ਐਜੂਕੇਸ਼ਨ ਵੱਲ ਵੀ ਧਿਆਨ ਦੇਣ ਦੀ ਜ਼ਰੂਰਤ ਆ। ਜਿੱਦਾਂ ਕਿ ਸਰ ਹੁਣ ਦੇਖਦੇ ਹਾਂ ਕਿ ਆਪਾਂ ਆਪਣੇ ਜਿਹੜੇ ਸਕੂਲਸ ਆ ਸਰ, ਸਰਕਾਰੀ ਸਕੂਲਸ ਆ ਜਾਂ ਫਿਰ ਜਿਹੜੇ ਪ੍ਰਾਇਮਰੀ ਦੇ ਅਤੇ ਸਰ ਸੀਨੀਅਰ ਸੈਕੰਡਰੀ ਸਕੂਲਸ ਆ, ਉਹਨਾਂ ਦੀ ਹਾਲਤ ਬਹੁਤ ਖਰਾਬ ਆ ਸਰ। ਅਤੇ ਇਸੇ ਤਰ੍ਹਾਂ ਸਰ ਉਹਨਾਂ ਵੱਲ ਵੀ ਥੋੜ੍ਹਾ ਜਿਹਾ ਦੇਖਣਾ ਬਣਦਾ ਆ ਸਰ, ਹਰੇਕ ਦਾ ਬਣਦਾ ਆ। ਜਿਹੜੇ ਵੀ ਅੱਜ ਕੱਲ੍ਹ ਜਿਹੜੇ ਨਵੇਂ ਪੋਲੀਟੀਸ਼ੀਅਨਸ ਜੋ ਆ ਰਹੇ ਆ, ਉਹਨਾਂ ਦਾ ਇਹੀ ਆ ਕਿ ਪਹਿਲਾਂ ਤਾਂ ਜੋ ਬੇਸਿਕ ਹੈ ਜੋ ਕਿ ਸਾਡੀ ਐਜੂਕੇਸ਼ਨ ਹੈ, ਜੇ ਉਹਨਾਂ ਵੱਲ ਹੀ ਧਿਆਨ ਨਹੀਂ ਦੇਣਗੇ ਤਾਂ ਅੱਗੇ ਫਿਰ ਬੱਚੇ ਕੁਛ ਨਹੀਂ ਕਰ ਸਕਦੇ ਸਰ। ਚਲੋ, ਬਹੁਤ ਤਾੜੀਆਂ ਮਾਰ ਰਹੀ ਇਹਦੇ ਲਈ। ਹਾਂਜੀ, ਤੁਹਾਡਾ ਨਾਂ ਕੀ ਹੈ ਮੈਡਮ? ਮਾਈ ਨੇਮ ਇਜ਼ ਨੀਸ਼ਾ ਰਾਏ। ਅੱਛਾ, ਕਿੰਨੀ ਪੜ੍ਹਾਈ ਲਿਖਾਈ ਕੀਤੀ ਹੋ? ਸਰ ਆਮ ਪਰਸੂਇੰਗ ਬੀ ਐੱਸ ਸੀ ਆਈ ਟੀ। ਵੈਰੀ ਗੁੱਡ। ਕੀ ਜ਼ਿੰਦਗੀ 'ਚ ਬਣਦੀ ਤਮੰਨਾ? ਸਰ ਮੈਂ ਫਿਲਹਾਲ ਤਾਂ ਕੁਛ ਸੋਚਿਆ ਨਹੀਂ, ਬਟ ਬਿਜ਼ਨਸ ਵੂਮਨ ਬਣਨਾ ਚਾਹੁੰਦੀ ਹਾਂ। ਬਿਜ਼ਨਸ? ਕਿਸ ਤਰ੍ਹਾਂ ਦਾ ਬਿਜ਼ਨਸ ਖੋਲ੍ਹਣ ਦਾ ਰਹਿੰਦਾ? ਆਪਣੀ ਸਟ੍ਰੀਮ ਦੇ ਨਾਲ ਰਿਲੇਟਡ ਹੋ ਸਕਦਾ, ਜਿੱਦਾਂ ਕੰਪਿਊਟਰ ਨਾਲ ਹੋ ਸਕਦਾ, ਕੰਪਿਊਟਰ ਡਿਵੈਲਪਰ ਵੀ ਕਹਿ ਸਕਦੇ ਹਾਂ। ਅਤੇ ਵੋਟ ਬਣ ਗਈ ਤੁਹਾਡੀ ਕਿ ਨਹੀਂ? ਨਹੀਂ ਸਰ, ਹਜੇ ਤਾਂ ਨਹੀਂ। ਅੱਛਾ, ਅਪਲਾਈ ਕੀਤੀ ਕਿ ਨਹੀਂ? ਬਸ ਕਰਨੀ ਹੈ ਸਰ। ਅੱਛਾ, ਇਹ ਪਿੰਡਾਂ ਵਿੱਚ ਜਿਹੜੀਆਂ ਪਿੰਡਾਂ ਸ਼ਹਿਰਾਂ ਵਿੱਚ ਜਿਹੜੀ ਖਾਸ ਤੌਰ 'ਤੇ ਸ਼ਹਿਰਾਂ ਵਿੱਚ ਜਿਹੜੀਆਂ ਲੇਡੀਜ਼ ਕੌਂਸਲਰ ਬਣੀਆਂ ਹੈਗੀਆਂ ਤੁਹਾਡੇ ਇਲਾਕੇ 'ਚ, ਕੁਛ ਜਲੰਧਰ 'ਚ ਇਸ ਤਰ੍ਹਾਂ ਦਾ ਤੁਹਾਨੂੰ ਯਾਦ ਹੈ ਕਿਹੜੇ ਕਿਹੜੇ ਇਲਾਕੇ 'ਚ? ਹਾਂਜੀ, ਸਾਡੇ ਇੱਥੇ ਹੈਗੇ ਨੇ ਮਾਈਕ ਖੋਸਲਾ, ਉਹਨਾਂ ਦੀ ਵਾਈਫ ਹੈਗੇ ਸੀਗੇ, ਸਾਡੇ ਇੱਥੇ ਬਣੇ ਸੀਗੇ, ਕਾਉਂਸਲਰ ਹੀ ਸੀਗੇ ਉਹ ਵੀ। ਉਹਨਾਂ ਨੇ ਵੀ ਵਧੀਆ ਕੀਤਾ ਸੀਗਾ, ਥੋੜ੍ਹੇ ਬਹੁਤ ਰੋਡਸ ਬਣਵਾਏ ਸੀਗੇ ਜਿਹੜੇ ਸਾਡੇ ਮੇਰੇ ਨੇਬਰ ਦੇ ਵਿੱਚ ਕਾਫੀ ਇੱਦਾਂ ਦੀਆਂ ਸੀਗੀਆਂ ਜਿਹਦੇ ਜਿਹੜੀਆਂ ਡਿਵੈਲਪ ਨਹੀਂ ਸੀਗੀਆਂ, ਰੋਡਸ ਬਹੁਤ ਖਰਾਬ ਸੀਗੇ, ਸੋ ਉਹਨਾਂ ਨੇ ਉਹ ਵੀ ਕੰਸਟਰਕਟ ਕਰਵਾਏ ਸੀਗੇ, ਸੋ ਵਧੀਆ ਹੁੰਦੇ ਨੇ ਉਹ। ਜੇ ਤੈਨੂੰ ਜਲੰਧਰ ਦਾ ਐਮ ਐਲ ਏ ਜਾਂ ਐਮ ਪੀ ਬਣਾ ਦਿੱਤਾ ਜਾਵੇ, ਤਿੰਨ ਚਾਰ ਕੰਮ ਕਿਹੜੇ ਕਰੇਗੀ ਪਹਿਲੇ ਨੰਬਰ 'ਤੇ? ਹੁਣ ਤੂੰ ਐਮ ਐਲ ਏ ਜਾਂ ਐਮ ਪੀ ਆ। ਓਕੇ ਸਰ, ਠੀਕ ਹੈ ਸਰ। ਫਸਟ ਆਫ ਆਲ ਮੈਂ ਤਾਂ ਚਾਹੁੰਦੀ ਹਾਂ ਵੀ ਗਲਤ ਐਜੂਕੇਸ਼ਨ ਦਾ ਸਿਸਟਮ ਵਾਕਈ ਬਹੁਤ ਵਧੀਆ ਕਰ ਦਿੱਤਾ ਗਿਆ, ਅੱਗੇ ਨਾਲੋਂ ਕਾਫੀ ਇੰਪਰੂਵਮੈਂਟ। ਜਿਹੜੇ ਤੂੰ ਕਰਨੇ ਹੈਗੇ ਉਹ ਦੱਸੀ। ਹਾਂ, ਤੂੰ ਹੁਣ ਐਮ ਪੀ ਆ, ਹਾਂ ਪਹਿਲਾਂ ਗਲਤ ਐਜੂਕੇਸ਼ਨ ਬਾਰੇ ਕੰਮ ਕਰੇਂਗੀ। ਹੈਂ? ਠੀਕ ਹੈ, ਤਾੜੀਆਂ ਮਾਰੋ ਇਹਦੀ, ਬਹੁਤ ਸੋਹਣੀ। ਗਲਤ ਐਜੂਕੇਸ਼ਨ ਹੋ ਗਈ, ਹੋਰ ਦੂਸਰਾ? ਸਰ ਹੋਰ ਡਿਫੈਂਸ ਕਾਫੀ ਹੈ ਨਹੀਂ ਗਾ ਗਰਲਸ ਲਈ, ਜਿੱਦਾਂ ਥੋੜੀ ਬਹੁਤ ਕਲਾਸਿਸ ਹੋਣੀਆਂ ਚਾਹੀਦੀਆਂ, ਜਿੱਦਾਂ ਕਰਾਟੇ ਕਲਾਸਿਸ ਹੋ ਗਈਆਂ, ਸੋ ਗਰਲਸ ਵੀ। ਬਹੁਤ ਅੱਛਾ ਆਈਡੀਆ, ਕਰਾਟੇ ਕਲਾਸਿਸ ਚਾਹੀਦੀਆਂ, ਸੋ ਗਰਲਸ ਨੂੰ ਵੀ ਹੋਣਾ ਚਾਹੀਦਾ ਵੀ ਉਹ ਕਿੱਦਾਂ ਨੂੰ ਪ੍ਰੋਟੈਕਟ ਕਰ ਸਕਦੀਆਂ। ਹੋਰ ਥੋੜੇ ਬਹੁਤ ਡਿਸਕ੍ਰਿਮੀਨੇਸ਼ਨ ਵੀ ਹੈਗੇ ਨੇ, ਪ੍ਰੈਫਰ ਜ਼ਿਆਦਾ ਕਰਦੇ ਨੇ ਐਸ ਸੀ ਸਟੂਡੈਂਟਸ ਨੂੰ ਜ਼ਿਆਦਾ ਕਰਦੇ ਨੇ ਜਨਰਲ ਨਾਲੋਂ, ਸੋ ਮੈਂ ਇਹ ਵੀ ਚਾਹੁੰਦੀ ਵੀ ਥੋੜ੍ਹਾ ਇਕੁਐਲਿਟੀ ਹੋਣੀ ਚਾਹੀਦੀ ਹੈ, ਕਿਉਂਕਿ ਜਨਰਲ ਜਿਹੜੇ ਸਟੂਡੈਂਟਸ ਹੁੰਦੇ ਨੇ ਉਹ ਐਜੂਕੇਟਡ ਹੋਣ ਦੇ ਬਾਵਜੂਦ ਵੀ ਪਿੱਛੇ ਰਹਿ ਜਾਂਦੇ ਨੇ, ਕਿਉਂਕਿ ਸਾਰੀਆਂ ਫੈਸਿਲਿਟੀਜ਼ ਦਿੱਤੀਆਂ ਹੀ ਐਸ ਸੀ ਵਾਲਿਆਂ ਨੂੰ ਜਾਂਦੀਆਂ ਨੇ, ਸੋ ਮੈਂ ਇਹਦੇ ਬਾਰੇ ਵੀ ਤੇਰਾ ਸੋਚਣ ਦਾ ਰੱਦਾ ਹੈ। ਹਾਂਜੀ, ਚਲੋ ਵਧੀਆ, ਤਾੜੀਆਂ ਮਾਰੋ ਇਹਦੇ ਲਈ, ਬਹੁਤ ਸੋਹਣਾ।
ਹਾਂਜੀ ਕੀ ਨਾਮ ਤੁਹਾਡਾ? ਸਿਧਾਂਤ ਠਾਕੁਰ। ਹੈ ਸਿਧਾਂਤ ਠਾਕੁਰ। ਕਿਹੜੀ ਜਗ੍ਹਾ ਨੂੰ ਬਿਲੋਂਗ ਕਰਦੇ? ਸਰ ਗੜਦੀ ਵਾਲਾ ਹੁਸ਼ਿਆਰਪੁਰ। ਗੜਦੀ ਵਾਲਾ। ਕਿੰਨੀ ਪੜ੍ਹਾਈ ਲਿਖਾਈ ਕੀਤੀ ਆ? ਸਰ 12th ਦੇ ਪੇਪਰ ਦਿੱਤੇ। ਅੱਛਾ, ਹੁਣ ਇੱਥੇ ਕਾਹਦੀ ਟ੍ਰੇਨਿੰਗ ਲੈ ਰਹੇ ਹੋ? ਹਾਂਜੀ ਆਰਮੀ। ਆਰਮੀ ਦੀ। ਕੀ ਸੋਚਿਆ ਹੈਗਾ ਬਣਨ ਦਾ? ਆਰਮੀ। ਕਿਉਂ ਆਰਮੀ ਵਿੱਚ ਕਿਉਂ ਜਾਣਾ ਚਾਹੁੰਦੇ? ਇਹ ਆਰਮੀ ਦੀ ਲਾਈਫ ਤੁਹਾਨੂੰ ਪਤਾ ਬੜੀ ਮੁਸ਼ਕਲ ਹੁੰਦੀ ਆ। ਹਾਂਜੀ। ਹੈ ਉਹ ਮੁਸ਼ਕਲ ਲਾਈਫ ਫਿਰ ਇੱਥੇ ਟ੍ਰੇਨਿੰਗ ਦਿੰਦੇ ਆ? ਹਾਂਜੀ। ਹੈ ਕਿਹੜੀ ਕਿਹੜੀ ਮੁਸ਼ਕਲ ਹੁੰਦੀ ਹੈਗੀ ਆ? ਹਾਂਜੀ ਫਿਜ਼ੀਕਲ ਟ੍ਰੇਨਿੰਗ ਹੀ ਆ। ਇੱਕ ਤਾਂ ਫਿਜ਼ੀਕਲ ਟ੍ਰੇਨਿੰਗ ਔਖੀ ਆ, ਹੋਰ ਇਹੀ ਆ ਜੀ ਔਖੀ ਬਸ। ਪੜ੍ਹਾਈ ਲਿਖਾਈ? ਪੜ੍ਹਾਈ ਲਿਖਾਈ ਜੀ ਪੈਸੇ ਪੂਏ ਚੱਲ ਜਾਂਦੇ ਆ ਉੱਥੇ। ਹੈਂ ਤੁਹਾਡੀਆਂ ਮਾਰਦੇ ਜੀ। ਤੈਨੂੰ ਜੇ ਪਿੰਡ ਦਾ ਸਰਪੰਚ ਬਣਾ ਦਿੱਤਾ ਜਾਵੇ ਕਿਸੇ ਦਾ, ਤੂੰ ਕਿਹੜੇ ਕੰਮ ਕਰੇਗਾ? ਤਿੰਨ ਚਾਰ ਦੱਸ ਪਿੰਡ ਪਤਾ ਕਿਸੇ ਪਿੰਡ ਗਿਆ ਕਦੀ? ਹਾਂਜੀ। ਹਾਂ ਦੱਸ ਕਿਹੜੇ ਕੰਮ ਕਰੇਗਾ? ਦੋ ਤਿੰਨ ਸੀਵਰੇਜ ਬਣਾਉਣੇ ਉੱਥੇ। ਅੱਛਾ ਸੀਵਰੇਜ ਬਣਾਉਣੇ, ਤਾੜੀਆਂ ਮਾਰੋ ਵੀ ਬਹੁਤ ਅੱਛਾ। ਹਾਂ ਇੱਕ ਤਾਂ ਸੀਵਰੇਜ ਬਣਾਏਗਾ, ਹੋਰ ਬਾਕੀ ਸੜਕਾਂ ਸੁੜਕਾਂ ਦਾ। ਸੜਕਾਂ ਬਣਾਏਗਾ, ਹੋਰ ਬਸ ਦੋ ਹੀ ਕੰਮ ਕਰਨੇ? ਤਾੜੀਆਂ ਮਾਰ ਦਿਓ ਕਹਿੰਦਾ, ਦੋ ਹੀ ਕੰਮ ਕਰਨੇ। ਹਾਂਜੀ ਚਲੋ ਆਓ ਜੀ, ਅਗਲਾ ਕੈਂਡੀਡੇਟ ਆਓ ਜੀ, 15 ਨੰਬਰ ਵਾਲੇ ਆ ਜਾਓ ਤੁਸੀਂ। ਇਹ 15 ਨੰਬਰ ਦੀ ਬੜੀ ਡਿਮਾਂਡ ਆ, ਆ ਜਾਓ ਆ ਜਾਓ ਆ ਜਾਓ ਆ ਜਾਓ। ਹਾਂਜੀ ਕੀ ਨਾਂ ਤੁਹਾਡਾ? ਸਰ ਹਰੀ ਕੌਸ਼ਲ। ਹਰੀ ਕੌਸ਼ਲ, ਕਿਹੜੀ ਜਗ੍ਹਾ ਨੂੰ ਬਿਲੋਂਗ ਕਰਦੇ ਹੋ? ਗੜਦੀ ਵਾਲੇ। ਗੜਦੀ ਵਾਲੇ ਨੂੰ। ਆ ਕੀ ਹੋ ਗਿਆ ਹੈਗਾ ਤੇਰੇ? ਗੱਲ ਤੇ ਐਕਸੀਡੈਂਟ ਹੋ ਗਿਆ ਸਰ। ਐਕਸੀਡੈਂਟ? ਹਾਂਜੀ। ਕਦੋਂ ਹੋਇਆ ਸੀ ਐਕਸੀਡੈਂਟ? 2 ਮਹੀਨੇ ਹੋ ਗਏ ਜੀ। 2 ਮਹੀਨੇ? ਕਿਉਂ ਹੋਇਆ ਸੀ ਐਕਸੀਡੈਂਟ? ਤੂੰ ਗਲਤੀ ਕੀਤੀ ਸੀ ਕਿ ਦੂਸਰੇ ਬੰਦੇ ਨੇ? ਤੂੰ ਗਲਤੀ ਕੀਤੀ ਸੀ? ਬੱਚੇ ਨੇ। ਬੱਚੇ ਨੇ? ਬੱਚੇ ਨੇ ਸਰ ਜੀ। ਅੱਛਾ ਬੱਚਾ ਗਿਆ। ਦੇਖੋ ਚਲੋ ਜੀ ਬੱਚਾ। ਹਾਂ ਗੁੱਡ ਗੁੱਡ ਗੁੱਡ। ਅੱਜ ਕੱਲ੍ਹ ਬੜੇ ਸੜਕਾਂ 'ਤੇ ਨਾ ਬੜੇ ਤੁਸੀਂ ਦੇਖਦੇ ਹੈਗੇ ਆ ਐਨੀਮਲਸ ਲਵਾਰਸ ਘੁੰਮਦੇ ਰਹਿੰਦੇ ਹੈਗੇ ਆ, ਤੋ ਸਪੀਡ ਬਹੁਤ ਕੰਟਰੋਲ ਨਾਲ ਚਲਾਉਣੀ ਪੈਂਦੀ। ਤੇਰੀ ਕੀ ਚਲਾ ਕੀ ਰਿਹਾ ਸੀ ਤੂੰ? ਮੋਟਰਸਾਈਕਲ। ਮੋਟਰਸਾਈਕਲ ਤੇਜ਼ ਹੋਏਗਾ ਪਰ? ਕਿੰਨਾ ਕੁ ਤੇਜ਼ ਸੀ? 60-70 ਤਾਂ ਬਹੁਤ ਜ਼ਿਆਦਾ ਸਪੀਡ ਹੁੰਦੀ ਮੋਟਰਸਾਈਕਲ 'ਤੇ। ਜੇ ਤੁਸੀਂ ਸੇਫ ਚਲਾਉਣੀ ਹੈਗੀ ਆ ਤਾਂ 50 ਜਾਂ ਅਪਰ ਲਿਮਿਟ 60 ਦੀ ਹੋਣੀ ਚਾਹੀਦੀ ਹੈ, ਕਿਉਂਕਿ 70 ਤਾਂ ਬਹੁਤ ਤੇਜ਼ ਹੋ ਜਾਂਦਾ ਹੈਗਾ। ਕੀ ਜ਼ਿੰਦਗੀ 'ਚ ਬਣਦੀ ਤਮੰਨਾ? ਆਰਮੀ ਜੀ। ਹੈਂ ਆਰਮੀ ਵਿੱਚ ਜਾਣਾ ਚਾਹੁੰਦਾ? ਕਿਉਂ ਜਾਣਾ ਚਾਹੁੰਦਾ ਆਰਮੀ 'ਤੇ? ਦੇਸ਼ ਦੀ ਸੇਵਾ ਕਰਨੀ ਹੈ। ਅੱਛਾ ਕਰਦੇ ਤੇਰੇ ਕੀ ਕਰਦੇ ਪੇਰੈਂਟਸ? ਆਰਮੀ ਹੈ ਡੈਡੀ 'ਚ। ਅੱਛਾ ਚਲੋ ਵਧੀਆ ਵਧੀਆ। ਹੋਰ ਇਹ ਤੋਂ ਇਲਾਵਾ ਇੱਥੇ ਕੀ ਕੀ ਸਿੱਖਿਆ ਹੈਗਾ ਟ੍ਰੇਨਿੰਗ ਦੌਰਾਨ? ਅਜੇ ਕੁਛ ਨਹੀਂ ਸਿੱਖਿਆ, ਤਾਂ ਫਿਰ ਆਰਮੀ 'ਚ ਕਿਵੇਂ ਜਾਏਗਾ? ਤਾੜੀਆਂ ਮਾਰ ਦੇ। ਹਾਂਜੀ ਕੀ ਨਾਂ ਤੁਹਾਡਾ? ਅੰਮ੍ਰਿਤਪਾਲ ਸਿੰਘ। ਕਿਹੜੀ ਜਗ੍ਹਾ ਨੂੰ ਬਿਲੋਂਗ ਕਰਦੇ ਹੋ? ਅੰਮ੍ਰਿਤਪਾਲ ਸਿੰਘ। ਸਰਹਾੜੀ ਕਲਾਂ, ਜ਼ਿਲ੍ਹਾ ਅੰਮ੍ਰਿਤਸਰ। ਵਾਹ ਜੀ ਵਾਹ, ਬਹੁਤ ਮੁੱਛਾਂ ਬੜੀਆਂ ਖਤਰਨਾਕ ਰੱਖੀਆਂ ਤੁਸੀਂ। ਬਸ ਤਾੜੀਆਂ ਮਾਰ ਦਿਓ ਇਹਦੀਆਂ ਮੁੱਛਾਂ ਲਈ ਇੱਕ ਵਾਰੀ। ਕੀ ਬਾਕੀ ਗੱਲ ਬਾਤ ਕਰਦੇ? ਪਹਿਲਾਂ ਤਾਂ ਸ਼ੌਕ ਕੀ, ਗਾਣਾ ਗੁਣਾ ਆਉਂਦਾ ਕੋਈ ਤੈਨੂੰ? ਨਹੀਂ ਗਾਣਾ ਤਾਂ ਘੱਟ ਵੱਧ ਹੀ ਕਰੀਦਾ ਜੀ, ਬਸ ਆਪਦੀ ਮਿਹਨਤ ਵੱਲ ਧਿਆਨ ਰੱਖੀ ਦਾ। ਅੱਛਾ ਮਿਹਨਤ 'ਚ ਕੀ ਕੀ ਕੰਮ ਕਰਦਾ ਹੈਗਾ? ਮਿਹਨਤ 'ਚ ਆਪਾਂ ਪ੍ਰੈਕਟਿਸ ਕਰੀ ਦੀ ਆ, ਪੜ੍ਹਾਈ ਕਰੀ ਦੀ ਆ ਜੀ। ਪ੍ਰੈਕਟਿਸ 'ਚ ਕੀ ਪ੍ਰੈਕਟਿਸ ਕਰਦਾ? ਪ੍ਰੈਕਟਿਸ ਫਰੰਟ ਰੂਲ ਲਾਈ। ਪੜ੍ਹਾਈ ਲਿਖਾਈ 'ਚ ਕੀ ਕਰਾਉਂਦੇ ਹੈਗੇ? ਮੈਂ ਪਲੱਸ 2 ਕੀਤੀ ਆ ਜੀ, ਅਤੇ ਆਈ ਟੀ ਆਈ ਕੀਤੀ ਮਕੈਨੀਕਲ ਦੀ ਜੀ। ਕਿੱਥੋਂ ਕੀਤੀ ਆਈ ਟੀ ਆਈ? ਮੈਂ ਨਕੋਦਰ ਤੋਂ ਜੀ। ਹੁਣ ਇੱਥੇ ਕਾਹਦੀ ਟ੍ਰੇਨਿੰਗ ਲੈ ਰਹੇ? ਮੈਂ ਆਰਮੀ ਦੀ। ਆਰਮੀ ਦੀ? ਆਰਮੀ 'ਚ ਕਿਉਂ ਜਾਣਾ ਚਾਹੁੰਦੇ? ਆਰਮੀ ਬਸ ਹੀ ਤੁਸੀਂ ਉਹ ਸੁਣਿਆ ਹੀ ਆ, 4 ਲੈਣਾ ਬਾਹਰ ਦਾ ਵੀਜ਼ਾ ਨਹੀਂ ਲਵਾਉਣਾ, ਸੁਣਿਆ ਆਪਾਂ ਹੋ ਗਏ ਭਰਤੀ ਬਾਰਡਰਾਂ ਦੇ। ਵਾਹ 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 ਵਾਹ, ਤਾੜੀਆਂ ਮਾਰ ਦਿੱਤਾ। ਇਹ ਦਰਸ਼ਕੋ ਜਿਹੜਾ ਆਰਮੀ ਦਾ ਜਿਹੜਾ ਡਿਫੈਂਸ ਸਰਵਿਸ ਦਾ ਪ੍ਰੋਫੈਸ਼ਨ ਬਹੁਤ ਸੀਰੀਅਸ ਪ੍ਰੋਫੈਸ਼ਨ ਆ, ਇਹ ਜੇ ਤੁਸੀਂ ਇਹਦੇ ਵਿੱਚ ਜਾਣਾ ਹੈਗਾ ਤਾਂ ਬਹੁਤ ਸੀਰੀਅਸਲੀ ਸੋਚ ਸਮਝ ਕੇ ਜਾਓ, ਕਿਉਂਕਿ ਦੇਸ਼ ਦੀ ਜਿਹੜੀ ਸੁਰੱਖਿਆ ਦਾ ਜ਼ਿੰਮਾ ਹੈਗਾ ਤੁਹਾਨੂੰ ਇਹ ਮੋਢਿਆਂ 'ਤੇ ਹੋਣਾ ਹੈਗਾ। ਬਹੁਤ ਅੱਛਾ। ਹੋਰ ਇਸ ਤੋਂ ਇਲਾਵਾ ਸ਼ੌਕ ਦੱਸ ਦਿਓ ਕੋਈ ਹੋਰ? ਸ਼ੌਕ ਬਸ ਖੇਡਣਾ, 11 ਬਿੱਲੀਆਂ ਨੇ ਗੱਪਾਂ ਮਾਰਨੀਆਂ ਬਸ। ਚਲੋ ਵਧੀਆ ਵਧੀਆ। ਮੰਨ ਲਓ ਤੈਨੂੰ ਉੱਥੇ ਸਰਿਆਲੀ ਪਿੰਡ ਦਾ ਸਰਪੰਚ ਬਣਾ ਦਿੱਤਾ ਜਾਵੇ, ਹਾਂਜੀ ਕਿਹੜੇ ਕਿਹੜੇ ਕੰਮ ਕਰੇਗਾ ਤੈਨੂੰ? ਪਹਿਲਾਂ ਮੈਂ ਨਸ਼ੇੜੀ ਜੇਲ੍ਹ 'ਚ ਸੁੱਟੂਗਾ ਜੀ। ਨਸ਼ੇੜੀ ਜੀ, ਵੈਰੀ ਗੁੱਡ, ਤਾੜੀਆਂ ਮਾਰੋ। ਨਸ਼ੇੜੀ
ਨਸ਼ੇੜੀਆਂ ਦਾ ਕੀ ਕਸੂਰ ਹੈ ਉਹਦਾ, ਜਿਹਨਾਂ ਨੇ ਉਹਨਾਂ ਨੂੰ ਨਸ਼ਾ ਦਿੱਤਾ ਉਹਨਾਂ ਨੂੰ ਜੇਲ੍ਹ ਦੀ ਸੁੱਟੀ ਹੈ ਨਾ? ਆਪ ਕਰਦੇ ਨਸ਼ਾ ਜੀ, ਘਰੇ ਭੱਠੀਆਂ ਲੱਗੀਆਂ ਹੋਈਆਂ। ਅੱਛਾ, ਉਹ ਬਾਰਡਰ ਇਲਾਕੇ 'ਚ ਸੱਚਮੁੱਚ ਮੈਂ ਦੇਖੀ ਹੈਗੀ ਹੈ, ਇਹ ਪ੍ਰੋਬਲਮ ਹੈਗੀ ਆ। ਚਲੋ, ਇਹ ਨਸ਼ੇੜੀਆਂ ਦਾ ਕਰੇਗਾ, ਦੂਸਰੇ ਨੰਬਰ 'ਤੇ ਕੀ ਕੰਮ ਕਰੇਗਾ? ਦੂਸਰੇ ਨੰਬਰ 'ਤੇ ਸੀਵਰੇਜ ਸੜਕਾਂ ਜਿਹੜੇ ਸਾਡੇ ਪਿੰਡ ਦੇ ਸੂਏ ਆ ਉਹਨਾਂ ਨੂੰ ਪੱਕੇ ਕਰਾਵਾਂਗੇ। ਹੁਣ ਚੋਰੀਆਂ ਦਾ ਬਹੁਤ ਹੋ ਗਿਆ ਜੀ, ਚੋਰੀਆਂ ਵੀ ਹੁੰਦੀਆਂ ਪਿੰਡਾਂ 'ਚ ਅਜੇ ਤਾਈਂ ਵੀ? ਅਜੇ ਤਾਈਂ ਸਰ, ਪਰਸੋਂ ਦੀ ਘਟਨਾ ਫੇਰ ਹੋਈ ਹੈ ਜੀ। ਅੱਛਾ, ਹਾਂਜੀ, ਉਹ ਤਾਂ ਪਿੰਡ ਵਾਲਿਆਂ ਨੂੰ ਪਤਾ ਹੀ ਹੁੰਦਾ ਚੋਰ ਕੌਣ ਕੌਣ ਹੈ ਪਿੰਡ ਵਿੱਚ। ਹਾਂਜੀ, ਉਹ ਫੜੇ ਨਹੀਂ ਜਾਂਦੇ? ਹਾਥੀ ਨਹੀਂ ਆਉਂਦੇ ਜੀ। ਅੱਛਾ, ਇਹ ਜਿਹੜੀ ਨਸ਼ੇ ਦੀ ਕਿੰਨੀ ਕੁ ਸਮੱਸਿਆ ਹੈ ਤੁਹਾਨੂੰ ਟੂਡੇ? ਮੈਂ ਤੁਹਾਨੂੰ ਸਰ ਆਪਦੀ ਗੱਲ ਹੀ ਦੱਸ ਦਿੰਦਾ, ਮੈਂ ਆਪਦੀ ਮੋਟਰ ਤੇ ਗਿਆ ਸੀਗਾ। ਅੱਛਾ, ਮੁੰਡਾ ਆਇਆ ਕਹਿੰਦਾ ਪਰੇ ਹੋਈ, ਮੈਂ ਕੀ ਹੋਇਆ, ਅੰਦਰ ਬੈਠਾ ਚਿੱਟਾ ਹੋਣ ਲੱਗ ਪਿਆ। ਓਹੋ, ਫਿਰ ਮੈਂ ਘਰਦਿਆਂ ਦੱਸਿਆ, ਮੈਂ ਕਿਹਾ ਇੱਦਾਂ ਗੱਲਬਾਤ ਹੁੰਦੀ, ਆਪਾਂ ਮੋਟਰ ਤੇ ਨਹੀਂ ਜਾਣਾ। ਸ਼ਿਕਾਇਤ ਜ਼ਰੂਰ ਕਰੋ, ਅਸੀਂ ਲੋਕੀ ਪੰਜਾਬੀ, ਇਹ ਸਾਡੇ ਚ ਨੁਕਸ ਆ, ਅਸੀਂ ਸ਼ਿਕਾਇਤ ਨਹੀਂ ਕਰਦੇ ਹੈਗੇ। ਚਲੋ, ਤਾੜੀਆਂ ਮਾਰੋ ਇਸਲੇ, ਬਹੁਤ ਸੁਣੀ। ਹਾਂਜੀ, ਤੁਹਾਡਾ ਨਾਂ ਕੀ ਆ? ਗੁਰਪ੍ਰੀਤ ਕੌਰ। ਕਿੰਨੀ ਪੜ੍ਹਾਈ ਕੀਤੀ ਹੈ ਗੁਰਪ੍ਰੀਤ? ਸਰ, ਮੈਂ ਸੈਨਿਕ ਇੰਸਟੀਚਿਊਟ 'ਚ BSc IT ਕਰ ਰਹੀ ਹਾਂ, ਫਾਈਨਲ ਈਅਰ ਦੀ ਸਟੂਡੈਂਟ ਹਾਂ। ਵੈਰੀ ਗੁੱਡ। ਕਿੰਨੇ, 3 ਸਾਲ ਦੀ ਹੁੰਦੀ ਇੱਥੇ? ਹਾਂਜੀ ਸਰ। ਆਫਟਰ ਪਲੱਸ 2? ਹਾਂਜੀ ਸਰ। ਕੀ ਜ਼ਿੰਦਗੀ 'ਚ ਸੋਚਿਆ ਬਣਨ ਦਾ? ਸਰ, ਫਿਲਹਾਲ MCA ਕਰਨੀ ਹੈ ਅੱਗੇ। MBA ਕਰਨੀ ਹੈ? MCA। MCA, ਅੱਛਾ, MCA ਕਿਉਂ ਕਰਨੀ ਹੈ? ਸਰ, ਕਿਉਂਕਿ MCA ਦਾ ਸਕੋਪ ਜ਼ਿਆਦਾ ਆ। ਅੱਛਾ ਅੱਛਾ, ਹਾਂਜੀ, ਪੋਸਟ ਗ੍ਰੈਜੂਏਸ਼ਨ ਸਟੱਡੀ 'ਚ। ਕਰਦੇ ਤੇਰੇ ਕੀ ਕਰਦੇ ਪੇਰੈਂਟਸ? ਸਰ, ਮੇਰੇ ਪੇਰੈਂਟ, ਮੇਰੇ ਪਾਪਾ ਮੈਸਨ ਦਾ ਕੰਮ ਕਰਦੇ ਆ। ਅੱਛਾ ਅੱਛਾ, ਕਿੱਥੇ? ਜਲੰਧਰ ਹੀ? ਹਾਂਜੀ ਸਰ, ਮੇਨ ਜਲੰਧਰ ਜੀ। ਅੱਛਾ, ਕਿੰਨੇ ਭੈਣ ਭਾਈ ਹੋ? ਸਰ, ਅਸੀਂ 3 ਸਿਸਟਰਸ ਆ, 1 ਬ੍ਰਦਰ ਆ। ਅੱਛਾ ਅੱਛਾ, ਬਾਕੀ ਸਿਸਟਰਸ ਕੀ ਕਰਦੀ ਤੇਰੀਆਂ? ਸਰ, 1 ਸਿਸਟਰ BCA ਕਰ ਰਹੀ ਆ, ਛੋਟੀ 9th ਚ ਆ, ਤੇ ਬ੍ਰਦਰ ਮੇਰਾ ਪਲੱਸ 1 ਕਰ ਰਿਹਾ। ਇਹ ਤਾਂ ਬੜਾ ਖਰਚਾ ਪੈਂਦਾ ਹੋਣਾ ਫੈਮਿਲੀ ਤੇ। ਹਾਂਜੀ ਸਰ। ਕਿਵੇਂ ਮੈਨੇਜ ਕਰਦੇ ਹੋ ਇਹ ਖਰਚਾ ਸਾਰਾ? ਤੇਰੇ ਪਾਪਾ ਹੀ ਕਰਦੇ ਆ? ਹਾਂਜੀ। ਹਾਂ, ਤਾੜੀਆਂ ਮਾਰ ਦੇ ਇਹਦੇ ਪਾਪਾ ਲਈ। ਬੱਚਿਆਂ ਨੂੰ ਪੜ੍ਹਾਉਣਾ ਬਹੁਤ ਮੁਸ਼ਕਿਲ ਹੈਗਾ। ਹੋਰ, ਤੂੰ ਖਾਸ ਤੌਰ 'ਤੇ ਜੇ ਤੈਨੂੰ ਜਲੰਧਰ ਦੀ MLA ਬਣਾ ਦਿੱਤਾ ਜਾਵੇ, MLA ਪਤਾ ਕੀ ਹੁੰਦਾ? ਕੀ ਹੁੰਦਾ MLA ਪਤਾ? ਸਰ, MLA ਲੀਡਰ ਹੁੰਦੇ ਆ। MLA ਲੀਡਰ ਹੁੰਦੇ ਆ, ਸਾਡੀ ਮਾਤ। ਇੱਕ MP ਵੀ ਹੁੰਦਾ, MLA ਅਤੇ MP 'ਚ ਕੀ ਫਰਕ ਹੁੰਦਾ ਦੱਸ? ਪਤਾ ਨਹੀਂ। ਤਾੜੀਆਂ ਮਾਰੋ ਇਹਦੇ ਲਈ। ਚਲੋ ਚਲੋ, ਜੇ ਤੈਨੂੰ MLA ਬਣਾ ਦਾ, ਮੰਨ ਲਓ ਲੀਡਰ ਬਣਾ ਦਿੱਤਾ ਜਾਵੇ ਤੈਨੂੰ ਆਮ ਭਾਸ਼ਾ 'ਚ, ਕੀ ਕਰੇਂਗੀ? 3-4 ਕੰਮ ਪਹਿਲੇ ਨੰਬਰ 'ਤੇ। ਸਰ, ਪਹਿਲੇ ਨੰਬਰ 'ਤੇ ਜਿੱਦਾਂ ਜਨਰਲ ਅਤੇ BC ਵਾਲਿਆਂ ਨੂੰ ਐਜੂਕੇਸ਼ਨ ਦੀਆਂ ਫੈਸਿਲਿਟੀਜ਼ ਘੱਟ ਆ, ਤੇ ਉਹਨਾਂ ਨੂੰ ਫੀਸ ਵਗੈਰਾ ਵੀ SC ਨਾਲੋਂ ਜ਼ਿਆਦਾ ਪੇ ਕਰਨੀ ਪੈਂਦੀ ਆ। ਅੱਛਾ ਅੱਛਾ, ਹਾਂ। ਤੇ ਸਰ, ਮੈਂ ਉਹ ਫੈਸਿਲਿਟੀ ਪ੍ਰੋਵਾਈਡ ਕਰਾਂਗੀ। ਤਾੜੀਆਂ ਮਾਰੋ, ਇਹਦੀ ਅੱਛੀ ਥਿੰਕਿੰਗ ਆ। ਕਈ BC ਕੈਂਡੀਡੇਟ ਪਿੱਛੇ ਰਹਿ ਜਾਂਦੇ ਹੈਗੇ। ਹਾਂ, ਹੋਰ ਦੂਸਰਾ ਕੰਮ ਕੀ ਕਰੇਂਗੀ? ਸਰ, ਜਿੱਦਾਂ ਸਿਟੀਜ਼ ਦੇ ਵਿੱਚ ਟ੍ਰੈਫਿਕ ਬਹੁਤ ਜ਼ਿਆਦਾ ਆ, ਤੇ ਲੋਕੀ ਸਰ ਟ੍ਰੈਫਿਕ ਰੂਲਸ ਨਹੀਂ ਫੋਲੋ ਕਰ ਰਹੇ, ਤੇ ਉਹਦੇ ਤੇ ਵੀ ਥੋੜਾ ਧਿਆਨ ਦੇਣਾ ਚਾਹੀਦਾ ਆ। ਉਹਦੇ ਤੇ ਵੀ ਧਿਆਨ ਦੇਵੇ, ਇਹ ਵੀ ਸੱਚੀ ਗੱਲ ਆ। ਤਾੜੀਆਂ ਮਾਰੋ ਇਹਦੇ ਲਈ, ਬਹੁਤ ਸੋਹਣਾ। ਹੋਰ 2-3 ਕੰਮ ਹੋਰ ਗਣਾ ਦੇ, ਕਿਹੜੇ ਕਿਹੜੇ ਕਰੇਂਗੇ? ਸਰ, ਸਾਡੇ ਵਾਲੀ ਸਾਈਡ 'ਚ ਪਾਣੀ ਦੀ ਪ੍ਰੋਬਲਮ ਆ। ਉਹ ਤਾਂ ਹਰ ਪਾਸੇ, ਹਰ ਸ਼ਹਿਰ ਵਿੱਚ ਹੀ ਪ੍ਰੋਬਲਮ ਆ। ਸਰ, ਕਾਰਪੋਰੇਸ਼ਨ ਦੇ ਅੰਡਰ ਏਰੀਆ ਆ, ਪਰ ਪਾਣੀ ਦੀ ਥੋੜੀ ਜਿਹੀ ਜ਼ਿਆਦਾ ਪ੍ਰੋਬਲਮ ਆ। ਪਾਣੀ ਆਉਂਦਾ ਨਹੀਂ ਹੈਗਾ? ਸਰ, 1 ਟਾਈਮ ਹੀ ਆ ਰਿਹਾ ਸਵੇਰੇ ਹੁਣ। ਉਹ ਤਾਂ ਤੁਸੀਂ ਕਾਰਪੋਰੇਸ਼ਨ ਨੂੰ ਸ਼ਿਕਾਇਤ ਕਰੋ। ਹਾਂਜੀ ਸਰ, ਉਹ ਜਿਹੜਾ ਤੁਹਾਡਾ ਕਾਉਂਸਲਰ ਆ ਉਹ ਵੀ ਕਰੇਗਾ ਇਹੋ। ਹਾਂ, ਚਲੋ, ਇਹ ਤੋਂ ਇਲਾਵਾ ਹੋਰ ਕੀ ਕਰੇਂਗੀ? ਬਸ ਇਹ, ਤਾੜੀਆਂ ਮਾਰੋ, ਬਹੁਤ ਸੋਹਣਾ। ਹਾਂਜੀ, ਤੁਹਾਡਾ ਨਾਂ ਕੀ ਆ? ਸਰ, ਮੈਨੂੰ ਪੰਜਾਬੀ ਨਹੀਂ ਆਉਂਦੀ। ਪੰਜਾਬੀ ਨਹੀਂ ਆਉਂਦੀ, ਅੱਛਾ। ਚਲੋ, ਆਪ ਆਪਣਾ ਨਾਮ ਬਤਾਈਏ। ਸਰ, ਬਬਲੂ ਕੁਮਾਰ। ਕਹਾਂ ਸੇ ਹੋ ਆਪ? ਬਿਹਾਰ ਸੇ ਸਰ। ਬਿਹਾਰ ਸੇ, ਤੋ ਬਿਹਾਰ ਸੇ ਇਤਨੀ ਦੂਰ ਕੈਸੇ ਆ ਗਏ ਆਪ ਪੰਜਾਬ ਮੇ? ਸਰ, ਮੇਰੇ ਭਈਆ ਲੋਕ ਯਹਾਂ ਪੇ ਰਹਤੇ ਹੈਂ। ਭਈਆ ਲੋਕ, ਵੋ ਕਿਆ ਕਾਮ ਕਰਤੇ ਹੈਂ? ਸਰ, ਉਨਕਾ ਫਰੂਟਸ ਕਾ ਦੁਕਾਨ ਹੈ। ਫਰੂਟ ਕਾ ਦੁਕਾਨ ਹੈ? ਯੈਸ ਸਰ। ਅੱਛਾ, ਤੋ ਆਪਨੇ ਇਧਰ ਕਿਤਨੀ ਪੜ੍ਹਾਈ ਕੀ ਹੈ? ਸਰ, ਵਹੀਂ ਬਿਹਾਰ ਸੇ ਪੜ੍ਹਾਈ ਕਰਕੇ ਆਇਆ, 12th। 12th, ਪਲੱਸ 2। ਯੈਸ ਸਰ। ਇਧਰ ਕੌਨ ਸੀ ਟ੍ਰੇਨਿੰਗ ਕਰ ਰਹੇ ਹੋ? ਸਰ, ਇੰਡੀਅਨ ਆਰਮੀ ਕੀ। ਇੰਡੀਅਨ ਆਰਮੀ ਕੀ? ਇੰਡੀਅਨ ਆਰਮੀ ਮੇ ਕਿਉਂ ਜਾਣਾ ਚਾਹਤੇ ਹੋ? ਸਰ, ਦੇਸ਼ ਕੀ ਸੇਵਾ ਕੇ ਲੀਏ। ਦੇਸ਼ ਕੀ ਸੇਵਾ ਕੇ ਲੀਏ, ਚਲੋ ਤਾੜੀ ਮਾਰੋ ਇਸ ਕੋ। ਇਤਨੀ ਦੂਰ ਬਿਹਾਰ ਸੇ ਪੰਜਾਬ ਮੇ ਟ੍ਰੇਨਿੰਗ ਲੈ ਰਹਾ ਹੈ। ਮਾਨ ਲੀਜੀਏ ਆਪਕੋ MLA ਬਣਾ ਦਿਆ ਜਾਏ ਜਲੰਧਰ ਕਾ,
एमएलए पता क्या होता है? यस सर। क्या होता है? मान लो बिहार का किसी एक इलाके का एमएलए बना दे, क्या करोगे काम उधर? सर मेरे यहाँ सड़क का बहुत प्रॉब्लम है। अच्छा, सड़क का प्रॉब्लम? सड़क और नाली का। कच्ची है? कच्ची सड़कें हैं जहाँ कोई सड़क है सर, कोई ढंग का सड़क नहीं है। जहाँ पे सड़क बनाना चाहिए टू लेन का वहाँ पर वन लेन है, वन वे है। अच्छा, वन लेन, छोटी सड़कें हैं मतलब। हाँ, छोटी सड़कें हैं और नाला का भी काफी प्रॉब्लम है। नाले की प्रॉब्लम, बिजली का प्रॉब्लम है सर, प्रॉब्लम ही प्रॉब्लम है। प्रॉब्लम, ताड़ी मारो भाई। नेता बना दिया जाए, एक तो ये सड़कों का काम करोगे, और क्या करोगे? सर सबसे पहले तो मैं पॉलिटिक्स में इंटरेस्ट नहीं रखता सर, पॉलिटिक्स में कभी नहीं आऊंगा सर। ओहो, नया ना हो, मान लो, मानना ही है सर, मानना है। हाँ, मानना ही है। क्या क्या काम करोगे सर? पहले तो मैं सड़क वहाँ पे, पहले सड़कें ही ठीक करोगे? और सर मेरे यहाँ पढ़ाई का काफी स्तर बहुत गिर गया है। जो पढ़ाई स्कूल में होनी चाहिए वो हो रहा है कोचिंग संस्थानों में। जो अच्छा। सर पहले मैं टीचर को स्कूल के जो सरकारी स्कूल होते हैं उसको मैं पहले ठीक करूंगा सर। अच्छा, हाँ, ये भी बहुत अच्छा, ताड़ियां मारो इसके लिए। एक होता है जो साढ़े पंजाब सरकारी स्कूलों का जोड़ा पद्धर बहुत घट है, उही हाल उत्थे बिहार में है। कहते लोग बच्चे प्राइवेट स्कूलों में पढ़ते हैं। और आगे क्या करोगे नेक्स्ट? और सर मेरे यहाँ तो जहाँ तक दारू बंद है उसके लिए तो कोई दिक्कत नहीं है। अच्छा सर, वहाँ पे सर लोग पुलिस लोग का काफ़ी करप्शन वहाँ पे बढ़ गया है सर, उसको इधर भी बहुत बढ़ा हुआ है, आपको पता नहीं अच्छा बिहार में पुलिस लोगों का करप्शन बढ़ गया है। ओ सर, तो उसको पहले उसको ठीक करूँगा। उसको ठीक करोगे? और जगह जगह नाले और पानी का व्यवस्था को ठीक करवाऊंगा सर। खेती करने के लिए वहाँ पे अक्सर बिजली का व्यवस्था नहीं है, नहर नहीं है, वो सबको ठीक खुदवाऊंगा, नहर खुदवाऊंगा सर। चलो इसके लिए बहुत ताड़ियां मारो, बहुत अच्छी। दर्शकों, ये मैं दसना चाहना, ये बिहार तो लड़का ट्रेनिंग लैके आ रहा है पंजाब विच, पंजाब दे लड़के तो बाहर जाने की तैयारी, तो कनेडा विच बहुत सारे सूबे वाले पंजाब विच आके देखो इस तरह की ये अपने मेहनत कर रहे हैं। हाँ जी, नैक्सट आओ जी, लड़की कोई आवे, ताड़ियां मारो ये। हाँ जी, की नाम थोड़ा मैडम? चार्टर्ड अकाउंटेंट बनना। ताड़ियां मारो, बहुत अच्छा है। सीए क्यों बनना चाहते है? इंटरेस्ट सीए ले, मेहनत बहुत करनी पड़ेगी, पढ़ाई ज्यादा करनी पड़ेगी। बट सर मेरी लाइन चेंज करके अब मतलब मेरा मेन एम वही से कि मैं सीए ही बनना। नहीं, बाद चो ही बन सकती सर, वो तो पता है। हाँ, थोड़ी इहदी कोई गल नहीं, पढ़ाई की कोई उम्र नहीं होंगी हैगी, इह तो बाद विच तू अपना सीए का जिहड़ा हैगा, इत्थे जलंधर विच बहुत सीए दे कोचिंग सेंटर हैगे। होर घर च कौन कौन है तेरे? माय फादर, मेरे छोटी सिस्टर। फादर की करदे तेरे? दो तीन काम सर, पहला ता जेडे मतलब गरीब लोग है, जिदा छोटे छोटे बच्चे है, जिना मतलब अमीरा दी कोठी बनी हुंदी सामने ਉਹ ਬਣੇ ਹੁੰਦੇ ਆ ਝੋਪੜੀਆਂ ਵਾਲੇ ਉਹ ਆਪ ਤਾਂ ਖੜੀ ਕਰਕੇ ਬਹਿ ਜਾਂਦੇ। ਫਸਟ ਆਫ ਆਲ ਪਹਿਲਾਂ ਉਹਨਾਂ ਨੂੰ ਉਹ ਦੇਖਣਾ ਚਾਹੀਦਾ, ਕਿਉਂਕਿ ਉਹਨਾਂ ਕੋਲ ਤਾਂ ਪਹਿਲਾਂ ਹੀ ਇੰਨਾ ਹੈਗਾ ਆ ਕਿ ਉਹ ਆਪਣੇ ਆਪ ਨੂੰ ਕਰ ਸਕਦੇ, ਬਟ ਉਹਨਾਂ ਵਾਸਤੇ ਉਹਨਾਂ ਨੂੰ ਕੁਛ ਕਰਨਾ ਚਾਹੀਦਾ ਆ, ਮੈਂ ਉਹੀ ਕਰੂੰਗੀ ਫਸਟ। ਚਲੋ ਚਲੋ, ਤਾੜੀਆਂ ਮਾਰੋ। ਇਹ ਕਹਿੰਦੀ ਵੀ ਲੋਕਾਂ ਦੀਆਂ ਵੱਡੀਆਂ ਕੋਠੀਆਂ ਹੈਗੀਆਂ, ਫਿਰ ਬਹੁਤ ਸਾਰੇ ਝੋਪੜੀਆਂ ਵਾਲੇ ਵੀ ਹੈਗੇ ਆ। ਹਾਂ ਚਲੋ, ਹੋਰ ਕੀ ਕਰੇਂਗੀ ਤੋਂ ਇਲਾਵਾ? ਸਰ ਐਜੂਕੇਸ਼ਨ ਦੇ ਵਿੱਚ ਮੇਨ ਉਹੀ ਕਿ ਹਰ ਇੱਕ ਨੂੰ ਇਕੁਐਲਿਟੀ ਦੇਣੀ ਚਾਹੀਦੀ ਹੈ, ਕਿ ਜੇ ਅਸੀਂ ਹੈ ਤਾਂ ਸਾਰੇ ਇਨਸਾਨ ਹੀ ਨਾ, ਮਿਹਨਤ ਤਾਂ ਹਰ ਕੋਈ ਕਰਦਾ ਆ। ਜ਼ਰੂਰੀ ਨਹੀਂ ਕਿ ਤੁਸੀਂ ਪਹਿਲੇ ਦੱਸਿਆ ਹੋਇਆ ਕਿ ਐਸਸੀ ਵਗੈਰਾ ਓਬੀਸੀ ਜਾਂ ਬੀਸੀ, ਇੱਦਾਂ ਕੁਛ ਨਹੀਂ ਹੋਣਾ ਚਾਹੀਦਾ, ਇਹ ਚੀਜ਼ ਖਤਮ ਕਰ ਦੇਣੀ ਚਾਹੀਦੀ ਹੈ। ਅੱਛਾ, ਚਲੋ ਇਹ ਸਾਡੀ ਸਰਕਾਰ ਨੇ ਸੰਵਿਧਾਨ ਵਿੱਚ ਫਿਲਹਾਲ ਇਹ ਰੈਜ਼ਰਵੇਸ਼ਨ ਦਿੱਤੀ ਹੈਗੀ ਆ, ਇਹਦਾ ਇਰਾਦਾ ਹੈਗਾ ਵੀ ਇਹ ਰੈਜ਼ਰਵੇਸ਼ਨ ਖਤਮ ਹੋਣੀ ਚਾਹੀਦੀ ਹੈਗੀ। ਚਲੋ ਹੋਰ
ਹੋਰ ਐਜੂਕੇਸ਼ਨ ਦੇ ਨਾਲ ਕਿ ਮਤਲਬ ਲੜਕੀਆਂ ਨੂੰ ਇਹ ਰੋਕਣਾ ਨਹੀਂ ਚਾਹੀਦਾ ਕੋਈ ਚੀਜ਼ ਤੋਂ, ਉਹਨਾਂ ਨੂੰ ਐਜੂਕੇਸ਼ਨ ਵਧੀਆ ਤੋਂ ਵਧੀਆ ਵੇ ਦੇ ਨਾਲ ਪ੍ਰੋਵਾਈਡ ਕਰਵਾਉਣੀ ਚਾਹੀਦੀ। ਅੱਛਾ ਚਲੋ ਵਧੀਆ, ਵੈਸੇ ਪੰਜਾਬ ਸਰਕਾਰ ਵੱਲੋਂ ਆਲਰੇਡੀ ਵਧੀਆ ਐਜੂਕੇਸ਼ਨ ਫਰੀ ਐਜੂਕੇਸ਼ਨ, ਮੇਰੇ ਖਿਆਲ ਡਿਗਰੀ ਤਾਂ ਹੀ ਫਰੀ ਆ ਮੇਰੇ ਖਿਆਲ, ਤਾੜੀਆਂ ਮਾਰੋ ਇਹ ਲਈ, ਬਹੁਤ ਸੋਹਣਾ ਕਿਹਾ ਗਿਆ। ਹਾਂਜੀ ਕੀ ਨਾਂ ਤੁਹਾਡਾ? ਸਰ ਮੇਰਾ ਨਾਮ ਮਨੀਸ਼ ਹੈ ਜੀ। ਕਿਹੜੀ ਜਗ੍ਹਾ ਨੂੰ ਬਿਲੋਂਗ ਕਰਦੇ? ਮੈਂ ਜੀ ਜਲੰਧਰ ਤੋਂ ਹੀ ਬਿਲੋਂਗ ਕਰਦਾ ਸਿਟੀ ਤੋਂ। ਅੱਛਾ, ਕਿੰਨੀ ਪੜ੍ਹਾਈ ਲਿਖਾਈ ਕੀਤੀ ਹੈ? ਮੈਂ ਜੀ ਪਲੱਸ ਟੂ ਕੀਤੀ ਅਤੇ ਹੁਣ ਡਿਗਰੀ ਕਰ ਰਿਹਾ ਬੀ ਐੱਸ ਸੀ ਆਈ ਟੀ। ਪਲੱਸ ਟੂ ਕਿੱਥੋਂ ਕੀਤੀ ਸੀ? ਪਲੱਸ ਟੂ ਜੀ ਸੇਠ ਹੁਕਮਚੰਦ ਸਕੂਲ। ਸੇਠ ਹੁਕਮਚੰਦ? ਹਾਂਜੀ। ਅੱਛਾ, ਇਹ ਬੀ ਐੱਸ ਸੀ ਆਈ ਟੀ ਦੀ ਡਿਗਰੀ ਕਿੰਨੀ ਦੇਰ ਦੀ ਹੁੰਦੀ ਹੈ? ਇਹ ਜੀ ਤਿੰਨ ਸਾਲ ਦੀ ਡਿਗਰੀ ਹੁੰਦੀ ਹੈ। ਅੱਛਾ, ਇਹ ਡਿਗਰੀ ਕਰਕੇ ਕੀ ਤਮੰਨਾ ਹੈਗੀ ਬਣਦੀ? ਇਹ ਡਿਗਰੀ ਕਰਕੇ ਜੀ ਬਾਹਰ ਹੀ ਜਾਣਾ ਚਾਹੁੰਦਾ। ਤਾੜੀਆਂ ਮਾਰ ਦਿਓ ਇਹਦੇ ਲਈ, ਪਹਿਲਾਂ ਬਾਹਰ ਵਾਲਾ ਬੰਦਾ ਆਇਆ। ਬਾਹਰ ਕਿਹੜੇ ਕੰਟਰੀ ਜਾਣਾ ਚਾਹੁੰਦਾ? ਮੈਂ ਜੀ ਮੇਰੀ ਸਾਰੀ ਫੈਮਿਲੀ ਜੀ ਕੈਨੇਡਾ ਆ ਅਤੇ ਮੈਂ ਉਹਨਾਂ ਕੋਲ ਹੀ ਜਾਣਾ ਚਾਹੁੰਦਾ। ਸਾਰੀ ਫੈਮਿਲੀ? ਹਾਂਜੀ। ਫੈਮਿਲੀ 'ਚ ਕੌਣ ਕੌਣ ਹੈ? ਮੇਰੇ ਮਦਰ ਆ ਜੀ, ਫਾਦਰ ਆ, ਸਿਸਟਰ ਆ ਅਤੇ ਇੱਕ ਵੱਡਾ ਬ੍ਰਦਰ ਆ। ਸਾਰੇ ਕੈਨੇਡਾ? ਹਾਂਜੀ। ਤੈਨੂੰ ਕਿਉਂ ਇੱਥੇ ਛੱਡ ਗਏ ਹੈਗੇ? ਮੈਨੂੰ ਜੀ ਇੱਥੇ ਪੜ੍ਹਨ ਨੂੰ ਛੱਡ ਗਏ। ਤਾੜੀਆਂ ਮਾਰਦੇ, ਇਹ ਤਾਂ ਤੈਨੂੰ ਹੋਰ ਜ਼ਿਆਦਾ ਪੜ੍ਹਾਈ ਕਰਨੀ ਚਾਹੀਦੀ ਹੈ। ਮੰਨ ਲਓ ਤੂੰ ਕੈਨੇਡਾ ਪਹੁੰਚ ਗਿਆ ਵਾ, ਹਾਂਜੀ, ਕੀ ਕੰਮ ਕਰੇਗਾ ਉੱਥੇ? ਪਹਿਲਾਂ ਤਾਂ ਜੀ ਲੇਬਰ ਹੀ ਕਰਾਂਗੇ, ਕਿਉਂਕਿ ਮਿਲਦੀ ਉੱਥੇ ਉਹੀ ਸਟਾਰਟਿੰਗ ਉੱਥੋਂ ਹੀ ਹੁੰਦੀ ਆ ਜੀ। ਮੁੜ ਕੇ ਫਿਰ ਉੱਥੇ ਜਾ ਕੇ ਕੋਈ ਰਿਲੇਟਿਡ ਕੋਰਸ ਚੂਜ਼ ਕਰਾਂਗੇ ਅਤੇ ਫਿਰ ਉਸ ਤੋਂ ਬਾਅਦ ਪੜ੍ਹਾਈ ਕਰਕੇ ਕੋਈ ਜੋਬ ਵਗੈਰਾ ਲੱਭਾਂ। ਕਿੱਥੇ ਤੇਰੇ ਪੇਰੈਂਟਸ ਰਹਿੰਦੇ? ਕਿੰਨੀ ਦੇਰ ਤੋਂ ਰਹਿੰਦੇ ਉੱਥੇ ਕੈਨੇਡਾ? ਉਹਨਾਂ ਨੂੰ ਜੀ ਹੋ ਗਏ ਪਿਛਲੇ 3 ਸਾਲ ਤੋਂ ਰਹਿ ਰਹੇ ਆ, ਉੱਦਾਂ ਫਾਈਲ ਲਾਈ ਹੋਈ ਸੀ ਕਾਫੀ ਦੇਰ ਦੀ। ਮੇਰੇ ਐਕਚੁਅਲ 'ਚ ਕਜ਼ਨ ਵਗੈਰਾ ਹੋਰ ਵੀ ਉੱਥੇ ਕਾਫੀ ਦੇਰ ਨਹੀਂ ਰਹਿੰਦੇ ਆ। ਇੱਥੇ ਕੌਣ ਕੌਣ ਰਹਿੰਦੇ ਹੋ ਤੁਸੀਂ? ਇੱਥੇ ਜੀ ਮੈਂ, ਮੇਰੇ ਦਾਦੀ ਜੀ ਆ, ਮੇਰੇ ਭੂਆ ਜੀ ਆ ਅਤੇ ਭੂਆ ਜੀ ਦੀ ਲੜਕੀ ਆ। ਅੱਛਾ, ਚਲੋ ਵਧੀਆ। ਇੱਕ ਦਰਸ਼ਕੋ ਮੈਂ ਦੱਸਣਾ ਚਾਹੁੰਦਾ ਹੈਗਾ, ਮੈਂ ਤਾਂ ਬਾਹਰਲੇ ਦੇਸ਼ਾਂ 'ਚ ਜਾਂਦਾ ਰਹਿੰਦਾ ਹੈਗਾ, ਜੇ ਤੁਸੀਂ ਬਾਹਰ ਜਾਣਾ ਕਿਸੇ ਨੇ ਕੈਨੇਡਾ ਅਤੇ ਕੋਈ ਨਾ ਕੋਈ ਹੱਥੀ ਕੰਮ ਜਿਹਨੂੰ ਆਉਂਦਾ ਹੋਵੇ ਉਹਦੀ ਬਹੁਤ ਵੈਲਿਊ ਹੈਗੀ, ਜਿਹਨੂੰ ਕਹਿੰਦੇ ਸਕਿੱਲ ਦਾ, ਪਲੰਬਰ ਦਾ ਹੋਵੇ, ਇਲੈਕਟ੍ਰੀਸ਼ਨ ਦਾ ਵੀ ਹੋਵੇ, ਜਾਂ ਜਿਹੜਾ ਵੀ ਕੋਈ ਤੁਹਾਨੂੰ ਹੱਥੀ ਜਿਹਨੂੰ ਹੁਨਰ ਕਹਿੰਦੇ ਹੈਗੇ ਆ, ਇੱਦਾਂ ਦੀ ਟ੍ਰੇਨਿੰਗ ਜ਼ਰੂਰ ਲੈ ਕੇ ਜਾਓ। ਔਰ ਬਹੁਤ ਸਾਰੇ ਸਾਡੇ ਨੌਜਵਾਨ ਕੈਨੇਡਾ ਵੱਲ ਜਾਣਾ ਚਾਹੁੰਦੇ ਹੈਗੇ, ਉਹ ਕਿਉਂ ਜਾਣਾ ਚਾਹੁੰਦੇ, ਇੱਥੇ ਕਿਉਂ ਨਹੀਂ ਰਹਿਣਾ ਚਾਹੁੰਦੇ? ਉਹ ਜੀ ਮੇਨ ਕਾਰਨ ਇਹੀ ਹੈ ਜੀ, ਕਿਉਂਕਿ ਇੱਥੇ ਜੋਬਸ ਨਹੀਂ ਹੈਗੀਆਂ। ਪੜ੍ਹ ਲਿਖ ਕੇ ਬੰਦਾ ਡਿਗਰੀ ਲੈ ਕੇ ਬਹਿ ਜਾਂਦਾ ਜੀ, ਮੁੜ ਕੇ ਕੰਮ ਕੋਈ ਮਿਲਦਾ ਨਹੀਂ, ਕੋਈ ਸਰਕਾਰੀ ਓਪਰਚੁਨਿਟੀ ਨਹੀਂ ਹੈਗੀ ਉਹਨੂੰ, ਕੋਈ ਪ੍ਰਾਈਵੇਟ ਸੈਕਟਰ 'ਚ ਨਹੀਂ ਹੈਗੀ। ਜੇ ਪ੍ਰਾਈਵੇਟ ਸੈਕਟਰ 'ਚ ਕੰਮ ਕਰਦੇ ਆ ਤਾਂ ਜੀ ਬਹੁਤ ਜ਼ਿਆਦਾ ਉਹਨਾਂ ਨੂੰ ਕੰਮ ਕਰਨਾ ਪੈਂਦਾ, ਉਹਦੇ ਬਾਵਜੂਦ ਉਹਨਾਂ ਨੂੰ ਉੱਨੀ ਤਨਖਾਹ ਨਹੀਂ ਮਿਲਦੀ। ਅਤੇ ਮੇਨ ਕਾਰਨ ਤਾਂ ਜੀ ਇਹੀ ਹੈ ਜੀ, ਵੀ ਇੱਥੋਂ ਛੱਡ ਕੇ ਬਾਹਰ ਜਾਣ ਦਾ। ਜੇ ਇੱਥੇ ਬਾਹਰ ਜੋਬਸ ਵਗੈਰਾ ਮਿਲਣ ਲੱਗ ਜਾਣ, ਸਾਰਾ ਕੁਛ ਹੋਣ ਲੱਗ ਜਾਵੇ, ਤਾਂ ਬੰਦਾ ਆਪਦਾ ਦੇਸ਼ ਛੱਡ ਕੇ ਤਾਂ ਜਾਂਦਾ ਨਹੀਂ ਕਦੀ। ਚਲੋ ਖੈਰ, ਤਾੜੀਆਂ ਮਾਰੋ ਇਹਦੇ ਲਈ। ਹਾਂਜੀ ਕੀ ਨਾਂ ਤੁਹਾਡਾ? ਸਰ ਮੇਰਾ ਨਾਮ ਰਵੀਦੀਪ ਕੌਰ ਹੈ। ਕਿੰਨੀ ਪੜ੍ਹਾਈ ਲਿਖਾਈ ਪਹਿਲਾਂ ਕੀਤੀ ਹੋ? ਸਰ ਮੈਂ ਪਲੱਸ ਟੂ ਕੀਤੀ ਹੈ, ਹੁਣ ਮੈਂ ਬੀ ਐੱਸ ਸੀ ਆਈ ਟੀ ਕਰਦੀ ਪਈ ਹਾਂ। ਕਿੰਨੇ 3 ਸਾਲ ਦੀ ਡਿਗਰੀ ਇੱਥੇ? ਕਿਹੜਾ ਜੀ ਆਰ ਹੈ ਹੁਣ ਇੱਥੇ? ਥਰਡ ਜੀ ਆਰ। ਕੀ ਤੋਂ ਬਾਅਦ 'ਚ ਬਣਦੀ ਤਮੰਨਾ ਹੈ? ਸਰ ਇਹ ਤੋਂ ਬਾਅਦ ਤਾਂ ਕੈਨੇਡਾ ਹੀ ਜਾਣਾ ਹੈ। ਇਹਦੇ ਲਈ ਵੀ ਤਾੜੀਆਂ ਮਾਰੋ, ਇਹ ਕੈਨੇਡਾ ਵਾਲਾ ਹੁਣ ਜ਼ਿਆਦਾ। ਕੈਨੇਡਾ ਕਿਵੇਂ ਜਾਣਾ ਹੈਗਾ ਪਹਿਲਾਂ ਦੱਸੋ। ਸਰ ਇੱਕ ਤਾਂ ਇੱਥੇ ਜਿੰਨੀ ਮਰਜ਼ੀ ਪੜ੍ਹਾਈ ਕਰ ਲਓ, ਜਿੰਨੀ ਮਰਜ਼ੀ ਡਿਗਰੀਆਂ ਲੈ ਲਓ, ਜੋਬ ਨਹੀਂ ਮਿਲਦੀ। ਜੇ ਜੋਬ ਮਿਲਦੀ ਵੀ ਹੈ ਤਾਂ 8-9 ਘੰਟੇ ਜੋਬ ਕਰੋ ਅਤੇ ਉਨੀ ਸੈਲਰੀ ਨਹੀਂ ਮਿਲਦੀ ਹੈਗੀ। ਸਰ ਇਹੀ ਮੇਨ ਪ੍ਰੋਬਲਮ ਹੈ ਕਿ ਸਾਰੇ ਬਾਹਰ ਨੂੰ ਭੱਜਦੇ ਆ। ਕੈਨੇਡਾ ਕੋਈ ਰਹਿੰਦਾ ਤੇਰਾ ਰਿਸ਼ਤੇਦਾਰ? ਹਾਂਜੀ ਸਰ। ਕਿੱਥੇ ਰਹਿੰਦੇ? ਸਰ ਟੋਰਾਂਟੋ। ਟੋਰਾਂਟੋ, ਕੀ ਕੰਮ ਕਰ ਕਰਦੇ? ਸਰ ਉਹਨਾਂ ਦਾ ਆਪਣੀ ਬਿਜ਼ਨਸ ਹੈ ਇੱਥੇ, ਆਪਣਾ ਰੈਸਟੋਰੈਂਟ ਹੈ ਉਹਨਾਂ ਦਾ। ਰੈਸਟੋਰੈਂਟ ਹੈ? ਹਾਂਜੀ ਸਰ। ਅੱਛਾ, ਇਹ ਜਿਵੇਂ ਪਹਿਲਾਂ ਵੀ ਲੜਕੇ ਨੇ ਦੱਸਿਆ ਸੀ, ਉੱਥੇ ਕੁੱਕ ਦੀ ਬਹੁਤ ਡਿਮਾਂਡ ਹੈਗੀ ਆ। ਜੇ ਤੁਸੀਂ ਬਾਹਰ ਜਾਣਾ ਹੈਗਾ ਇੱਧਰਲੇ ਕਿਸੇ ਜਿਹੜਾ ਅੱਛੇ ਖਾਣੇ ਦੀ ਟ੍ਰੇਨਿੰਗ ਲੈ ਲਓ, ਉਹਦੀ ਕਾਫੀ ਅੱਛੀ ਵੈਲਿਊ ਹੈਗੀ ਆ, ਕੁੱਕ ਦੀ ਬੜੀ ਡਿਮਾਂਡ ਹੈਗੀ ਆ। ਅਤੇ ਕੋਈ ਹੋਰ ਬਹੁਤ ਸਾਰੀਆਂ ਲੜਕੀਆਂ ਜਿਹੜੀਆਂ ਬਾਹਰ ਜਾਣਾ ਚਾਹੁੰਦੀਆਂ ਹੈਗੀਆਂ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ? ਸਰ ਮੈਂ ਤਾਂ ਇੱਕ ਕਹੂੰਗੀ, ਜੇ ਤਾਂ ਕੁੜੀ ਆਪ ਆਪਣੇ ਆਪ ਨੂੰ ਸੰਭਾਲ ਸਕਦੀ ਹੈ, ਸਮਝਦਾਰ ਹੈ, ਤਾਂ ਹੀ ਉਹ ਬਾਹਰ ਜਾਵੇ, ਕਿਉਂਕਿ ਬਹੁਤ ਕੇਸਿਸ ਦੇਖੇ ਨੇ ਕਿ ਉੱਧਰ ਜਾ ਕੇ ਕੁੜੀਆਂ ਬਹੁਤ ਗਲਤ ਕੰਮ ਵੀ ਕਰਨ ਲੱਗ ਪੈਂਦੀਆਂ, ਜਿਹਦੇ ਕਾਰਨ ਕੁਛ ਕੁ ਕੁੜੀਆਂ ਕਰਨ, ਬਾਕੀ ਵੀ ਪੇਰੈਂਟਸ ਆ ਕੁੜੀਆਂ ਨੂੰ ਫਿਰ ਭੇਜ ਦੇਣੀਆਂ। ਬਹੁਤ ਅੱਛਾ, ਤਾੜੀਆਂ ਮਾਰ ਰਹੇ, ਬਹੁਤ ਅੱਛਾ ਮੈਸੇਜ ਹੈ। ਕੋਈ ਵੀ ਸੁਸਾਇਟੀ ਵਿੱਚ ਨਾ ਸਾਰੇ ਚੰਗੇ ਹੁੰਦੇ ਨਾ ਹੀ ਬੁਰੇ ਹੁੰਦੇ, ਕਈ ਵਾਰੀ ਜਿਹੜੇ 2-4 ਬੁਰਿਆਂ ਕਰਕੇ ਸਾਰੀ ਸੁਸਾਇਟੀ ਬਦਨਾਮ ਹੋ ਜਾਂਦੀ ਹੈ। ਹਾਂਜੀ, ਤੁਹਾਡਾ ਨਾਂ ਕੀ, ਤੁਸੀਂ ਇੱਥੇ ਟ੍ਰੇਨਿੰਗ ਦੇ ਰਹੇ ਹੋ?
ਸੂਬੇਦਾਰ ਮੇਜਰ ਰਾਮਕ੍ਰਿਸ਼ਨ। ਸੂਬੇਦਾਰ ਮੇਜਰ ਰਾਮਕ੍ਰਿਸ਼ਨ, ਵੈਰੀ ਗੁੱਡ। ਇੱਥੇ ਕੀ ਇਹਨਾਂ ਨੂੰ ਟ੍ਰੇਨਿੰਗ ਦਿੰਦੇ ਸਟੂਡੈਂਟ? ਅਸੀਂ ਇੱਥੇ ਜੋ ਪੰਜਾਬ ਦੇ ਦਸਵੀਂ ਪਾਸ ਬੱਚੇ ਨੇ ਔਰ ਪਲੱਸ ਟੂ ਕਰ ਚੁੱਕੇ ਨੇ ਉਹਨਾਂ ਨੂੰ ਆਰਮੀ ਦੇ ਵਿੱਚ ਜਾਣ ਵਾਸਤੇ, ਫਿਰ ਏਅਰਫੋਰਸ, ਨੇਵੀ, ਪੈਰਾਮਿਲਟਰੀ ਫੋਰਸਿਸ ਜੈਸੇ CRPF ਹੈ, BSF ਹੈ, ITBP ਹੈ, CISF ਹੈ, ਇਹਨਾਂ ਦੇ ਵਿੱਚ ਜੋ ਬੱਚੇ ਵਲੰਟੀਅਰ ਹਨ ਜੋ ਮਤਲਬ ਦੇਸ਼ ਸੇਵਾ ਕਰਨਾ ਚਾਹੁੰਦੇ ਨੇ, ਦੇਸ਼ ਦੇ ਬਾਰਡਰਾਂ ਦੀ ਰੱਖਿਆ ਕਰਨਾ ਚਾਹੁੰਦੇ ਨੇ, ਅਸੀਂ ਉਹਨਾਂ ਨੂੰ ਇੱਥੇ ਫਿਜ਼ੀਕਲ ਟ੍ਰੇਨਿੰਗ ਔਰ ਨਾਲ ਨਾਲ ਜੋ ਰਿਟਨ ਐਗਜ਼ਾਮ ਦੀ ਟ੍ਰੇਨਿੰਗ ਦਿੰਦੇ ਹਾਂ। ਇੱਕ ਚਲੋ ਫਿਜ਼ੀਕਲ ਟ੍ਰੇਨਿੰਗ ਤਾਂ ਇਹ ਮੇਰੇ ਖਿਆਲ ਕਰ ਹੀ ਲੈਣਗੇ, ਇੱਥੇ ਮੈਂ ਦੇਖਿਆ ਟ੍ਰੇਨਿੰਗ ਕਾਫੀ। ਇਹ ਜਿਹੜੇ ਪੰਜਾਬ ਦੇ ਲੜਕੇ ਆ ਇਹਨਾਂ ਦੀ ਥੋੜ੍ਹੀ ਜਿਹੀ ਆਪਣੇ ਸਾਇੰਸ ਅਤੇ ਮੈਥ ਅਤੇ ਇੰਗਲਿਸ਼ ਵੀਕ ਹੁੰਦੀ ਹੈ, ਉਹ ਕਿਵੇਂ ਅਪਡੇਟ ਕਰਦੇ ਇਹਨਾਂ ਦਾ? ਉਹ ਜੋ ਇਹਨਾਂ ਸਿਲੇਬਸ ਪੜ੍ਹਿਆ ਹੋਇਆ ਪਹਿਲਾਂ, ਅੱਛਾ ਜੀ, ਦਸਵੀਂ ਤੱਕ ਪੜ੍ਹਿਆ ਸਾਰਿਆਂ ਨੇ ਹੀ, ਸਾਇੰਸ ਵੀ ਪੜ੍ਹੀ ਹੈ, ਮੈਥ ਵੀ ਪੜ੍ਹਿਆ, ਇੰਗਲਿਸ਼ ਵੀ ਪੜ੍ਹੀ ਹੈ। ਹਾਂਜੀ ਹਾਂਜੀ। ਉਹਨੂੰ ਅਸੀਂ 2 ਮਹੀਨੇ ਦੇ ਵਿੱਚ ਜੋ ਮਤਲਬ ਇਹਨਾਂ 10-12 ਸਾਲ 'ਚ ਪੜ੍ਹਿਆ ਹੋਇਆ ਹੈ ਉਹਨੂੰ ਅਸੀਂ ਸਾਰਾ ਹੀ ਸਿਲੇਬਸ 2 ਮਹੀਨੇ ਦੇ ਵਿੱਚ ਰਿਵਾਈਜ਼ ਕਰਵਾਉਂਦੇ ਹਾਂ। ਅੱਛਾ। ਵੀਕਲੀ ਟੈਸਟ ਲਿਆ ਜਾਂਦਾ ਇਹਨਾਂ ਦਾ। ਅੱਛਾ। ਫਿਜ਼ੀਕਲ ਵੀ ਔਰ ਰਿਟਨ। ਖਰਚਾ ਕਿੰਨਾ ਕੁ ਹੁੰਦਾ ਇਹਨਾਂ ਬੱਚਿਆਂ ਦਾ? ਮੇਰੇ ਕੋਲ ਫ੍ਰੀ ਆ ਕਿ ਜਾਂ ਥੋੜ੍ਹਾ ਬਹੁਤਾ ਖਰਚਾ? ਖਰਚਾ 2 ਮਹੀਨੇ ਪੂਰਾ ਕੋਰਸ ਹੈ, 1000 ਰੁਪਈਆ ਫੀਸ ਹੁੰਦੀ ਹੈ ਪੂਰੇ 2 ਮਹੀਨੇ ਦੀ। ਹਾਂਜੀ। ਇਹ ਤਾਂ ਬਹੁਤ ਥੋੜ੍ਹੀ ਆ ਵੀ, ਤਾੜੀਆਂ ਮਾਰਦੇ ਇਹਨਾਂ ਦੇ। ਅੱਛਾ, ਸਕਸੈਸ ਰੇਟ ਕਿੰਨਾ ਕੁ ਹੈਗਾ ਪਹਿਲਾਂ ਦੱਸੋ, ਕਿੰਨੇ ਕੁ ਤੁਹਾਡੇ ਬੱਚੇ? ਸਕਸੈਸ ਰੇਟ, ਕਿਉਂ ਇਹਦੇ ਵਿੱਚ ਸਟੇਜਿਸ ਜ਼ਿਆਦਾ ਹੁੰਦੀਆਂ। ਅੱਛਾ। ਪਹਿਲੇ ਫਿਜ਼ੀਕਲ ਟੈਸਟ, ਉਸ ਤੋਂ ਬਾਅਦ ਅਗਰ ਫਿਜ਼ੀਕਲ ਫਿੱਟ ਹੋ ਜਾਂਦੇ ਨੇ ਉਹਨਾਂ ਦਾ ਮੈਡੀਕਲ ਟੈਸਟ ਹੁੰਦਾ ਹੈ। ਮੈਡੀਕਲ ਟੈਸਟ 'ਚੋਂ ਫਿੱਟ ਹੋਣ ਤੋਂ ਬਾਅਦ ਫਿਰ ਰਿਟਨ ਟੈਸਟ। ਅੱਛਾ, ਇਹ ਫਿਜ਼ੀਕਲ ਅਤੇ ਮੈਡੀਕਲ ਪਹਿਲੇ ਨੰਬਰ 'ਤੇ ਹੋਣੇ? ਹਾਂਜੀ। ਇਹ ਰਿਟਨ ਬਾਅਦ ਵਿੱਚ ਹੁੰਦਾ? ਫਿਜ਼ੀਕਲ ਮੈਡੀਕਲ ਫਿੱਟ ਹੋਣ ਤੋਂ ਬਾਅਦ ਰਿਟਨ ਟੈਸਟ ਹੁੰਦਾ। ਪਹਿਲਾਂ ਉਹ ਕਰਨਲ ਮਨਮੋਹਨ ਸਿੰਘ ਜਿਹੜੇ ਪੰਜਾਬ ਪੁਲਿਸ ਵਿੱਚ ਵੀ ਉਹ ਭਰਤੀ ਦੀ ਟ੍ਰੇਨਿੰਗ ਦਿੰਦੇ ਸੀ, ਹੁਣ ਵੀ ਦਿੰਦੇ ਉਹ ਨਹੀਂ? ਹਾਂਜੀ, ਜਦੋਂ ਪੰਜਾਬ ਪੁਲਿਸ ਦੀ ਵੈਕੈਂਸੀ ਨਿਕਲਦੀ ਹੈ ਉਦੋਂ ਫਿਰ ਉਦੋਂ ਪੁਲਿਸ ਦੀ ਟ੍ਰੇਨਿੰਗ ਵੀ ਦਿੱਤੀ ਜਾਂਦੀ। ਅੱਛਾ ਅੱਛਾ, ਚਲੋ ਵਧੀਆ ਬਹੁਤ। ਕਿਉਂ ਇਹਦੇ ਵਿੱਚ ਰਿਟਨ ਟੈਸਟ ਨਹੀਂ ਹੁੰਦਾ, ਫਿਜ਼ੀਕਲ ਟ੍ਰੇਨਿੰਗ ਹੀ ਹੁੰਦੀ ਹੈ ਇਹਦੇ ਵਿੱਚ। ਅੱਛਾ, ਪੰਜਾਬ ਪੁਲਿਸ ਦੀ ਜਿਹੜਾ ਰਿਟਨ ਟੈਸਟ ਨਹੀਂ ਹੁੰਦਾ? ਨਹੀਂ, ਅੱਜ ਕੱਲ੍ਹ ਤਾਂ ਕੰਪਿਊਟਰਾਈਜ਼ਡ ਉਹ ਮਾਰਕਿੰਗ ਸਿਸਟਮ ਹੈ ਨਾ। ਥੈਂਕ ਯੂ ਵੈਰੀ ਮੱਚ, ਥੈਂਕ ਯੂ ਵੈਰੀ ਮੱਚ। ਸੋ ਦਰਸੋ, ਇਹ ਤੁਸੀਂ ਦੇਖਿਆ ਵੀ ਜਿਹੜੇ ਇਹ ਟ੍ਰੇਨਿੰਗ ਲੈ ਰਹੇ ਹੈਗੇ ਆ ਇੱਥੇ ਸੈਨਿਕ ਇੰਸਟੀਚਿਊਟ, ਇਹਨਾਂ ਦੇ ਬੱਚਿਆਂ ਦਾ ਕੀ ਫੀਲਿੰਗ ਹੈਗੀ, ਕੀ ਬਣਨਾ ਚਾਹੁੰਦੇ, ਕੀ ਕੁਛ ਕਹਿੰਦੇ? ਮੈਂ ਬਾਹਰ ਜਾਣਾ ਚਾਹੁੰਦਾ। ਇਸ ਤਰ੍ਹਾਂ ਸਾਡੇ ਚੈਨਲ ਨਾਲ ਜੁੜੇ ਰਹੋ, ਸਬਸਕ੍ਰਾਈਬ ਵੀ ਕਰੋ, ਕਮੈਂਟਸ ਵੀ ਦਿਓ, ਅਸੀਂ ਹੋਰ ਅੱਛੇ ਅੱਛੇ ਪ੍ਰੋਗਰਾਮ ਲੈ ਕੇ ਆਵਾਂਗੇ। ਬਹੁਤ ਬਹੁਤ ਮਿਹਰਬਾਨੀ, ਤਾੜੀਆਂ ਮਾਰ ਦਿਓ ਇੱਕ ਵਾਰੀ ਸਾਡੇ ਵਾਸਤੇ।